ਸਿਮਰ ਅੱਜ ਤਾਂ ਤੂੰ ਬਾਹਲੀ ਸੋਹਣੀ ਲੱਗਦੀ ਆ। ਆਹ ਕੈਰਾਟੀਨ ਨੇ ਤਾਂ ਨਾ ਤੈਨੂੰ ਬਾਹਲੀ ਸੋਹਣੀ ਬਣਾਤਾ। ਮੈਨੂੰ ਤਾਂ ਐਂ ਲੱਗਦਾ ਅੱਜ ਨਾ ਕਿੱਟੀ ਪਾਰਟੀ 'ਤੇ ਸਾਰਿਆਂ ਨਾਲੋਂ ਸੋਹਣੀ ਮੈਂ ਹੀ ਲੱਗੂੰਗੀ। ਪਤਾ ਨੀ ਕਿੱਥੇ ਬੜੀ ਬੈਠੀ ਹੈ, ਆਵਾਜ਼ ਵੀ ਨੀ ਸੁਣਦੀ ਹੈਗੀ। ਮੈਂ ਆਪੇ ਉੱਠ ਕੇ ਜਾਣਾ ਪਊਗਾ, ਇਹ ਕਿਹੜਾ ਪਾਣੀ ਲਿਆਊਗੀ। ਆਪੇ ਜਾਂਦੀ ਹੈ ਪਾਣੀ ਪੀ ਕੇ ਆਉਂਦੀ ਹਾਂ, ਰਸੋਈ 'ਚੋਂ ਸੁਣਦੀ ਵੀ ਨਹੀਂ ਹੈਗੀ। ਕਿੱਥੋਂ ਪੱਲੇ ਪੈ ਗਈ ਆਸ ਸਾਡੇ, ਇਹਦਾ ਤਾਂ ਆਸ ਮੈਨੂੰ ਸੂਤ ਕਰਨਾ ਹੀ ਪਊਗਾ। ਕਹਿੰਦੀ ਮਹਾਰਾਣੀ ਨੂੰ ਖੜੀ ਕਿ ਭਾਂਡੇ ਮਾਜੇ, ਪਤਾ ਨੀ ਕੀ ਕਰ ਗਈ ਅੰਦਰ। ਇਹ ਤਾਂ ਮੈਂ ਦਿੰਦੀ ਹਾਂ ਧਨੇਸ ਵੀ ਸੰਭਾਲ ਕੇ। ਨਹੀਂ ਸਿਮਰਨ ਬੇਬੇ ਜਵਾਨ ਸੰਭਾਲ ਕੇ ਗੱਲ ਕਰ, ਆ ਕੀ ਬਕਵਾਸ ਕਰੀ ਜਾਂਦੀ ਆ। ਜਦ ਮੇਰਾ ਆਪਣਾ ਖਸਮ ਹੈਗਾ ਮੈਂ ਹੋਰ ਖਸਮ ਕਿਉਂ ਬਣਾਉਂਗੀ। ਨਾ ਜੇ ਤੇਰੇ ਆਪਣਾ ਬੰਦਾ ਹੈਗਾ ਆ ਜੂਡੇ ਜੇ ਖਿਲਾਰ ਕੇ ਆ ਚੁੰਨੀ ਗਲਜੇ ਨਾਲ ਲਾ ਕੇ ਨਾ ਤੂੰ ਕਿਹਨੂੰ ਦਿਖਾਉਣ ਚੱਲੀ ਆ। ਤੈਨੂੰ ਤੇਰੇ ਮਾਂ ਪਿਓ ਨੇ ਆ ਲਾਣ ਪਾਣ ਦਾ ਚੱਜ ਨੀ ਸਿਖਾਇਆ, ਪਰ ਸਿਖਾਉਣਗੇ ਵੀ ਕਿੱਥੇ? ਉਹਨਾਂ ਨੂੰ ਆਪ ਨੀ ਪਤਾ ਵੀ ਕੱਪੜੇ ਕਿਹੋ ਜਿਹੇ ਲਾਈਦੇ ਨੇ, ਕਿਹੋ ਜਿਹੇ ਪਾਈਦੇ ਨੇ। ਜੇ ਤਾਂ ਆਪ ਚੱਜ ਦੇ ਕੱਪੜੇ ਪਾਉਣ ਤਾਂ ਤੈਨੂੰ ਸਿਖਾਉਣ, ਉਹ ਤਾਂ ਆਪ ਪੁੱਠੇ ਸਿੱਧੇ ਪਾ ਕੇ ਕੱਪੜੇ ਤੁਰ ਪੈਂਦੇ ਨੇ ਜਿੱਧਰ ਨੂੰ ਜੀ ਕਰਦਾ। ਦੇਖ ਬੇਬੇ ਗੱਲ ਆਪਣੇ ਦੋਨਾਂ ਦੇ ਵਿੱਚ ਦੀ ਹੋ ਰਹੀ ਆ, ਮੇਰੇ ਪੇਕਿਆਂ ਨੂੰ ਵਿੱਚ ਨਾ ਲੈ ਕੇ ਆ, ਫਿਰ ਮੈਂ ਤਾਂ ਹੋਰ ਸੁਣੇਗੀ ਚਾਰ ਗੱਲਾਂ। ਓ ਨੋ, ਨਾ ਕਿਉਂ ਨਾ ਪਹੁੰਚਿਆ ਤੇਰੇ ਪੇਕਿਆਂ ਤੱਕ? ਨੀ ਉਹ ਕੰਜਰਾਂ ਨੇ ਤੈਨੂੰ ਕੁਛ ਸਿਖਾ ਕੇ ਨਹੀਂ ਭੇਜਿਆ? ਨਪੁੱਤੀ ਜੰਮ ਕੇ ਛੱਡਤੀ ਉਰੇ। ਕੰਜਰ ਕੰਜਰ ਕਿਹਨੂੰ ਬੋਲਦੀ ਆ? ਕੰਜਰ ਤੂੰ ਆ, ਤੇਰੀ ਭੈਣ ਆ, ਤੇਰਾ ਖਾਨਦਾਨ ਹੀ ਸਾਰਾ ਕੰਜਰਾਂ ਦਾ ਬਕਵਾਸ ਕਰਦੀ ਆ ਮੇਰੇ ਸਾਹਮਣੇ। ਨੀ ਕੰਜਰ ਅਸੀਂ ਨਹੀਂ, ਤੇਰਾ ਖਾਨਦਾਨ ਕੰਜਰ ਹੈ। ਦੇਖ ਤਾਂ ਕਿਵੇਂ ਕੈਂਚੀ ਵਾਂਗੂ ਜਵਾਨ ਚੱਲਦੀ ਹੈ, ਨਾ ਜਵਾਨ ਚਲਾਉਣ ਦਾ ਤੈਨੂੰ ਬਥੇਰਾ ਪਤਾ, ਔਰ ਸੋਈ ਜੀ ਭਾਂਡਿਆਂ ਢੇਰ ਲੱਗਿਆ ਪਿਆ ਉਹ ਮਾਂਜਣ ਦਾ ਨਹੀਂ ਤੈਨੂੰ ਪਤਾ ਹੈਗਾ। ਨਾ ਜੇ ਤੈਨੂੰ ਦੀਂਦਾ ਤੂੰ ਆਪ ਨਹੀਂ ਕਰ ਸਕਦੀ, ਮੈਨੂੰ ਕਿਉਂ ਕਹੀ ਜਾਂਦੀ ਆ? ਤੇਰੇ ਹੱਥ ਟੁੱਟੇ ਹੋਏ ਆ। ਮੇਰੇ ਹੱਥ ਕੱਟ ਟੁੱਟਣ, ਹੱਥ ਟੁੱਟਣ ਤੇਰੇ ਤੇ ਤੇਰੇ ਜੰਮਣਾਏ ਦੇ ਟੁੱਟਣ। ਨਾ ਬੁੜੀਏ ਤੂੰ ਫੇਰ ਲੱਗ ਗਈ, ਤੂੰ ਫੇਰ ਮੇਰੇ ਪੇਕਿਆਂ ਤੱਕ ਪਹੁੰਚ ਗਈ, ਤੈਨੂੰ ਤਾਂ ਮੈਂ ਦੱਸੂ ਪਤਾ ਨਹੀਂ ਫੜ ਦੂੰ ਮੈਂ ਜੋ ਵੀ ਚੰਪੜ ਦੇ। ਉਹ ਸਪਰੇ ਸਪਰੂ ਕਰਤੀ ਬੰਟੀ ਤੇ? ਉਹ ਕਰਨੀ ਆ ਬਾਪੂ ਹਜੇ। ਉਹ ਯਾਰ ਤੂੰ ਕਿੱਧਰ ਫਿਰਦਾ ਰਹਿਣਾ, ਕਰ ਲਿਆ ਕਰ ਸਪਰੇ ਸਪਰੂ ਮਾੜਾ ਮੋਟਾ। ਉਹ ਕੱਲ ਨੂੰ ਕਰੂੰਗਾ ਬਾਪੂ। ਕੱਲ ਨੂੰ ਕੀ ਹੋ ਜੂਗਾ? ਅੱਜ ਕਰਦੇ ਸ਼ਾਮ ਨੂੰ। ਅੱਜ ਮੈਂ ਮਾੜਾ ਜਾ ਕੇ ਆ ਰਿਹਾ ਸੀ। ਤਾਂ ਕਿੱਥੇ ਜਾਣਾਗਾ? ਵਿਸ਼ਾਲ ਨਾਲ ਸੁਨਾਮ ਜਾਊਂਗਾ। ਨਾਲੇ ਰਮਾ ਦੀ ਹੁਣ ਚੰਗਾ।
ਕਿਤੇ ਹੁਣ ਕਾਲ ਕਰੀ ਜਾਵੇ ਓਏ ਹੋਰ ਹੋਣਾ ਉਹ ਬੱਟਾਂ ਵੀ ਘੜਨ ਵਾਲੀਆਂ ਪਈਆਂ ਉੱਧਰ ਹੋਰ ਓਏ ਹੋਰ ਬਿੰਦਰਾ ਕਿਵੇਂ ਆ ਠੀਕ ਆ ਬਈ ਭੋਲੇ ਹੋਰ ਬਈ ਛੋਟੇ ਘਰ ਕਣੀਆਂ ਆਇਆ ਸੀਗਾ ਛੋਟੇ ਘਰੇ ਰੌਲਾ ਜਾ ਪੈਣਾ ਉਹ ਐ ਭਲੇਖਾ ਪਿਆ ਹੂ ਤੈਨੂੰ ਉਹ ਬੁੜੀਆਂ ਸਾਡੀਆਂ ਉੱਚੀ ਬੋਲਦੀਆਂ ਨੇਗੀਆਂ ਉਹ ਇਹਨੂੰ ਦੇਖੀ ਲੈ ਇਹ ਵੀ ਗੌਰ ਹੀ ਰੱਖਦਾ ਸਾਡੇ ਘਰ ਤੋਂ ਤੈਂ ਕੀ ਲੈਣਾ ਯਾਰ ਤੂੰ ਗਵਾਂਢੀ ਬੰਦਾ ਹੈਗਾ ਠੀਕ ਆ ਉਹ ਮੈਂ ਤਾਂ ਆ ਗਿਆ ਸੋਤੇ ਕਹਿਤਾ ਯਾਰ ਉਹ ਸੋਤੇ ਵਾਲੀ ਗੱਲ ਕਿਹੜੀ ਆ ਯਾਰ ਤੂੰ ਵੀ ਹੋਰ ਹੀ ਸੋਚ ਫਾਇਦਾ ਕਰ ਦੇਣਾ ਮਤਲਬ ਨਹੀਂ ਫਾਇਦਾ ਤਾਂ ਬਈ ਜੇ ਰੌਲਾ ਪੈਂਦਾ ਨਹੀਂ ਮੈਂ ਤਾਂ ਹੀ ਕਿਹਾ ਕਲੇਸ਼ ਰੱਖਦੀਆਂ ਨੇ ਚੱਲ ਦੇਖ ਲੈਣੇ ਆਪਣੇ ਚਾਹ ਪੀ ਆਵਾਂਗੇ ਹੋਰ ਚੱਲੇ ਹੁਣ ਮਾੜਾ ਗੇਰਾ ਸ਼ਾਮ ਨੂੰ ਆ ਜਾਵਾਂਗੇ ਹਨਾ ਆਥਣੇ ਮਾਰ ਲਾਂਗੇ ਜਿਹੜਾ ਕੀ ਰੌਲਾ ਪੈਣ ਲੱਗ ਗਿਆ ਘਰ ਮਸਰੀ ਹੋ ਜਾਂਦੀ ਹੈ ਜੰਗ ਛਿੜ ਰਹੀ ਹੈ ਓਏ ਆ ਕੀ ਹੋ ਰਿਹਾ ਇਹਦਾ ਜੰਗ ਛਿੜ ਰਹੀ ਹੈ ਇਹਨਾਂ ਦੀ ਤੂੰ ਐਂ ਕਰ ਤੂੰ ਆਪਦੇ ਵਾਲ ਨੂੰ ਫੜ ਮੈਂ ਆਪਦੇ ਵਾਲ ਨੂੰ ਫੜਦਾ ਉਹ ਟਿਕ ਜਾ ਕਰੋ ਕਿਸੇ ਟਾਈਮ ਉਹ ਟਿਕ ਜਾ ਕਰੋ ਟਿਕ ਜਾ ਕਰੋ ਕਿਸੇ ਟਾਈਮ ਤੁਸੀਂ ਸਾਰਾ ਦਿਨ ਲੜਦੇ ਰਹਿੰਦੇ ਕੀ ਹੋ ਰਿਹਾ ਤੈਨੂੰ ਤੁਸੀਂ ਮੈਨੂੰ ਛੱਡੋ ਓਏ ਹਟ ਜਾ ਕਰੋ ਕਿਸੇ ਟਾਈਮ ਹਰ ਵਾਰ ਤੇ ਲੜਨ ਤੀ ਰਹਿੰਦੇ ਹੋ ਉਹ ਟਿਕ ਜਾ ਐ ਨੀ ਕਰਦੇ ਭਾਈ ਕਿਉਂ ਲੜਦੇ ਤੁਸੀਂ ਸ਼ਰਮ ਕਰ ਲੈ ਮਾੜੀ ਮੋਟੀ ਤੇਰੀ ਸੱਸ ਲੱਗਦੀ ਆ ਉਹ ਕਿਵੇਂ ਮਾਰ ਲੱਗੀ ਪਈ ਸੀ ਉਹਨੂੰ ਨਾ ਮਾਰਾਂ ਨਾ ਹੋਰ ਕੀ ਕਰਾਂ ਲਹੂ ਪਿੱਤਾ ਪਿਆ ਮੇਰਾ ਜਾਣ ਹੀ ਨਹੀਂ ਦਿੰਦੀ ਉਹ ਤਾਂ ਮੈਨੂੰ ਇੱਥੇ ਜਾਣ ਨਹੀਂ ਦਿੰਦੀ ਹੈਗੀ ਉਹਨੇ ਕੀ ਤੇਰੇ ਗਲ 'ਚ ਰੱਸਾ ਪਾ ਕੇ ਰੱਖਿਆ ਹੋਇਆ ਮੇਰੀ ਗੱਲ ਸੁਣ ਲਾ ਅੱਜ ਪਤਾ ਕੀ ਹੋਇਆ ਮੈਂ ਇੱਥੇ ਸਿਰ ਬਾਂਧੀ ਪਈ ਸੀ ਮੈਨੂੰ ਆ ਕੇ ਕਹਿੰਦੀ ਮੈਂ ਕਿੱਟੀ ਪਾਰਟੀ 'ਚ ਜਾਣਾ ਸੀਗਾ ਕਹਿੰਦੀ ਜੁੰਡੇ ਕਾਹਤੋਂ ਖਿਲਾਰੇ ਹੋਏ ਨੇ ਖਸਮ ਬਣਾਉਣੇ ਆ ਨਾ ਮੈਨੂੰ ਆਏ ਦੱਸ ਜੇ ਮੈਂ ਬਾਲ ਖੁੱਲੇ ਛੱਡੇ ਤਾਂ ਮੈਂ ਖਸਮ ਬਣਾਉਂਦੀ ਫਿਰਦੀ ਆ ਤੇ ਮੈਂ ਤੈਨੂੰ ਪਤਾ ਤਾਂ ਹੈਗਾ ਬੇਬੇ ਪੁਰਾਣੇ ਖਿਆਲਾਂ ਦੀ ਹੈਗੀ ਤੂੰ ਐਵੇਂ ਗੁੱਸਾ ਨਾ ਕਰ ਉਹਦੀਆਂ ਗੱਲਾਂ ਦਾ ਕੀ ਗੁੱਸਾ ਨਾ ਕਰਾਂ ਸਾਰਾ ਦਿਨ ਤਾਂ ਕਦੇ ਪੁੱਠਾ ਸਿੱਧਾ ਬੋਲਦੀ ਰਹਿੰਦੀ ਆ ਮੇਰੀ ਗੱਲ ਸੁਣ ਮੈਨੂੰ ਬੋਲਦੀ ਆ ਮੈਂ ਸੁਣ ਲੈਂਦੀ ਹਾਂ ਪਰ ਜਦੋਂ ਮੇਰੇ ਪੇਕਿਆਂ ਤੱਕ ਪਹੁੰਚਦੀ ਆ ਉਹ ਨਹੀਂ ਮੈਂ ਤੋਂ ਸੁਣਿਆ ਜਾਣਾ ਨਾਲੇ ਨਾ ਮੇਰੀ ਕੰਨ ਖੋਲ ਕੇ ਗੱਲ ਸੁਣ ਲਾ ਆਪਣੀ ਬੇਬੇ ਨੂੰ ਜ਼ਿਆਦਾ ਸਮਝਾ ਦੇ ਨਹੀਂ ਤਾਂ ਮੈਂ ਤੂੰ ਮਾਰੀ ਜਾਣੀ ਆ ਫੇਰ ਨਾ ਬਾਅਦ ਚੋ ਕਈ ਨਾਲੇ ਮੈਂ ਤਾਂ ਗੋਡਿਆਂ ਥੱਲੇ ਲੈ ਕੇ ਸੁੱਤੀ ਤੂੰ ਹੀ ਨਾ ਪਸੀ ਰਹਿ ਕਰ ਸਾਰਾ ਦਿਨ ਮੈਂ ਠੰਡੀ ਹੋ ਕੇ ਗੱਲ ਕਰਿਆ ਕਰ ਮੈਂ ਕਰਦਾ ਚੱਲ ਬੇਬੇ ਨਾਲ ਗੱਲ ਬਾਤ ਓ ਨੋ ਉਹ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਤੁਸੀਂ ਲੜਦਿਆਂ ਕਾਹਦੇ ਵਾਸਤੇ ਹੋਗੇ ਜਦੋਂ ਦੇਖਾਂ ਗੁੱਥਮ ਗੁੱਥੀ ਹੋ ਹੀ ਰਹਿਣੀ ਹੋ ਪਤਾ ਨਹੀਂ ਕੀ ਹੋਇਆ ਰਹਿੰਦਾ ਤੁਹਾਨੂੰ ਗੁਆਂਢੀਆਂ ਨੇ ਵੀ ਮਜ਼ਾਕ ਬਣਾ ਰੱਖਿਆ ਉਹ ਵੀ ਦੇਖਦੇ ਨੇ ਕੰਧਾਂ 'ਤੇ ਚੜ੍ਹ ਚੜ੍ਹ ਤੁਹਾਡਾ ਨਿੱਤ ਦਾ ਕਲੇਸ਼ ਰਹਿੰਦਾ ਆ ਗਿਆ ਨੌਕਰ ਬੋਟੀ ਦਾ ਤੇਰੀ ਉਹ ਕਸਰ ਸੀ ਤੂੰ ਵੀ ਲੜ ਲੈ ਉਹ ਤਾਂ ਲੜਦੀ ਹੈ ਜਿਹੜਾ ਲੜਦੀ ਹੈ ਆਹੋ ਤੂੰ ਤਾਂ ਕਾਹਨੂੰ ਲੜਦੀ ਹੈਗੀ ਮੈਂ ਪੁੱਛ ਕੇ ਆਇਆ ਉਹਨੂੰ ਸ਼ਹਿਮਰ ਨੂੰ ਉਹ ਕਹਿੰਦੀ ਤੂੰ ਦੇ ਪੇਕਿਆਂ ਨੂੰ ਬੋਲਦੀ ਹੈ ਤਾਂ ਬੋਲਦੀ ਹੈ ਮੈਨੂੰ ਕੀ ਲੋੜ ਆ ਉਹਦੇ ਪੇਕਿਆਂ ਤੱਕ ਪਹੁੰਚਣ ਦੀ ਜਦੋਂ ਵੀ ਕੰਮ ਨੂੰ ਕਹਿੰਦੀ ਆ ਉਹਦੀ ਮੂੰਹ ਬਣਾ ਕੇ ਬਹਿ ਜਾਂਦੀ ਹੈ ਨਾਲ ਅੱਗੋਂ ਮੇਰੇ ਨਾਲ ਜਵਾਨ ਲੜਾਉਂਦੀ ਹੈਗੀ ਕੰਮ ਦੀ ਕਿੱਡੀ ਗੱਲ ਹੈਗੀ ਛੋਟਾ ਜਿਹਾ ਆਪਣਾ ਟੱਬਰ ਹੈਗਾ ਚਾਰ ਤਾਂ ਜਾਣੇ ਆਪਾਂ
ਇੰਨਾ ਕੰਮ ਨਹੀਂ ਹੁੰਦਾ ਹੈਗਾ, ਰਲ ਮਿਲ ਕੇ ਕਰ ਲਿਆ ਕਰੋ ਤੁਸੀਂ ਦੋਨੋਂ। ਭਾਈ ਜਦੋਂ ਕੰਮ ਨਹੀਂ ਕਰਦੀ ਮੱਥੋਂ ਵੀ ਪੁੱਠਾ ਸਿੱਧਾ ਬੋਲਿਆ ਜਾਂਦਾ, ਨਾਲੇ ਰਹੀ ਗੱਲ ਕੰਮ ਦੀ, ਵੀ ਮੈਨੂੰ ਬਥੇਰਾ ਚਿਰ ਹੋ ਗਿਆ ਕੰਮ ਕਰਦੀ ਨੂੰ, ਨਾ ਹੁਣ ਮੈਂ ਕਿੰਨਾ ਕੁ ਚਿਰ ਕੰਮ ਕਰੀ ਜਾਊਂਗੀ, ਉਹ ਤਾਂ ਕੰਮ ਕਰਕੇ ਰਾਜ਼ੀ ਨਹੀਂ ਹੈਗੀ, ਮੇਰੀ ਵੀ ਹੁਣ ਉਮਰ ਹੋ ਗਈ। ਉਹ ਬਾਪੂ ਮੈਂ ਨਹੀਂ ਇਹਨਾਂ ਨੂੰ ਸਮਝ ਸਕਦਾ ਹੈਗਾ, ਜੇ ਤਾਂ ਮਾਂ ਕੋਲੇ ਬਹਿ ਜਾ ਇਹ ਸਹੀ ਲੱਗਦੀ ਹੈ, ਜੇ ਸਮਝ ਲੈ ਬਹਿ ਜਾ ਉਹ ਸਹੀ ਲੱਗਦੀ ਹੈ, ਤੰਗ ਆ ਗਿਆ ਨਿੱਤ ਦੇ ਗਲੇ ਤੋਂ, ਜੇ ਤੇਰੇ ਕੋਲੇ ਹੱਲ ਹੈਗਾ ਤਾਂ ਕੱਢ ਲੈ ਕੋਈ। ਉਹ ਮੇਰੇ ਕੋਲੇ ਨਹੀਂ ਹੱਲ ਹੈਗਾ ਇਹਨਾਂ ਦਾ, ਇਹਨਾਂ ਤਾਂ ਸਵੇਰੇ ਸਮਝਾ ਦੇ ਸ਼ਾਮ ਨੂੰ ਫਿਰ ਗੁੱਤਮ ਗੁੱਤੀ ਹੋ ਜਾਂਦੀਆਂ ਨੇਗਾ, ਮੈਂ ਇੱਥੋਂ ਨਹੀਂ ਭਾਈ ਹੱਲ ਨਿਕਲਦਾ, ਮੇਰੇ ਤਾਂ ਹੱਥ ਖੜੇ ਨੇ। ਹੱਲ ਤਾਂ ਮੁੰਡਿਆ ਤੈਨੂੰ ਮੈਂ ਦੱਸ ਦਿੰਦੀ ਹਾਂ, ਪਰ ਪਹਿਲਾਂ ਆਪਦੇ ਵਾਲੀ ਨੂੰ ਪੁੱਛ ਲੈ ਵੀ ਉਹ ਮੰਨ ਲੂਗੀ। ਲੈ ਮੈਂ ਮੰਨੂਗੀ ਕਿਉਂ ਨਹੀਂ, ਤੂੰ ਹੱਲ ਦੱਸ ਕੀ ਹੈਗਾ। ਉਰਿਆ ਤੈਨੂੰ ਮੈਂ ਦੱਸਦੀ ਇਹਦਾ ਹੱਲ। ਆਹ ਤਾਂ ਸਹੀ ਹੈ ਗੱਲ ਇਹਦੀ, ਆਹ ਆ ਸਕੀਮ। ਹੁਣ ਨਾਲੇ ਐਂ ਕਰੀ, ਕੱਲ੍ਹ ਤੋਂ ਸਵੇਰ ਦਾ ਕੰਮ ਤੈਂ ਕਰਨਾ, ਸ਼ਾਮ ਦਾ ਉਹ ਕਰੂਗੀ। ਠੀਕ ਹੈ ਠੀਕ ਹੈ, ਸਫਾਈ ਇੱਕ ਦਿਨ ਉਹ ਕਰਿਆ ਕਰੂ, ਇੱਕ ਦਿਨ ਉਹ ਕਰਿਆ ਕਰੂ। ਠੀਕ ਹੈ, ਕਿਉਂ ਵੀ ਬੰਟੀ ਨਾ ਠੀਕ ਹੈ ਨੜੇ ਮਾ ਜੀ ਕਹਿਣਾ ਆਪਦਾ, ਹੁਣ ਕੁਛ ਹੋਰ ਕਹਿ ਲੈ, ਬਾਅਦ 'ਚ ਮੈਨੂੰ ਨਿੱਤ ਨਿੱਤ ਦਾ ਗ੍ਰੇਸ ਨਹੀਂ ਚਾਹੀਦਾ ਨਾਲੇ। ਹਾਂ ਬਾਅਦ 'ਚ ਨਹੀਂ ਕੋਈ ਕਲੇਸ਼ ਚਾਹੀਦਾ ਹੈਗਾ ਨਾਲੇ। ਨਾ ਮੈਂ ਤੈਨੂੰ ਕੰਮ ਨਹੀਂ ਲੱਗਦੀ ਹਾਂ, ਜਦੋਂ ਅਗਲੀ ਆਪਦੇ ਹਿੱਸੇ ਦਾ ਸਾਰਾ ਕੰਮ ਕਰੂ, ਮੈਂ ਆਪਦਾ ਕੰਮ ਕਰੂੰ ਨਾ, ਫਿਰ ਕਲੇਸ਼ ਕਾਹਦਾ। ਨਾਲੇ ਆਪਦੀ ਨੂੰ ਇੱਕ ਵਾਰੀ ਸਮਝਾ ਦੀ ਜਾ ਕੇ ਵੀ ਭਾਈ ਆਪਦੇ ਹਿੱਸੇ ਦਾ ਕੰਮ ਕਰੀ, ਮੈਨੂੰ ਕਹਿਣ ਦੀ ਲੋੜ ਨਾ ਪਵੇ। ਕੋਈ ਨਾ ਤੂੰ ਉਹ ਨਾ ਟੈਨਸ਼ਨ ਲੈ, ਹੁਣ ਮੈਂ ਸਾਰੀ ਗੱਲ ਸਮਝਾ ਦਾ। ਹਾਂ ਉਹਨੂੰ ਸਮਝਾ ਦੇ ਜਾ ਕੇ। ਹਾਂ ਮੈਂ ਸਮਝਾ ਦਾ ਉਹਨੂੰ ਸਾਰੀ ਗੱਲ, ਠੀਕ ਹੈ ਜੀ। ਜਦ ਸਮਝਾ ਦੇ ਨਾ ਸੋਣਾ ਹੈ ਚੁਗਲੀਆਂ ਬੇਬੇ ਤੋਂ ਬੜਾ ਟਾਈਮ ਲੱਗ ਗਿਆ ਹੈ। ਤੂੰ ਨਾ ਕਦੇ ਸਹੀ ਬੋਲੀ, ਪੁੱਠੀ ਬੋਲਿਆ ਕਰ ਹਮੇਸ਼ਾ। ਟਾਈਮ ਹੀ ਬਹੁਤ ਲੱਗ ਗਿਆ ਹੈ, ਮੈਂ ਹੋਰ ਕੀ ਆਖਾਂ। ਉਹਨਾਂ ਨੇ ਮੈਂ ਕੋਈ ਚੁਗਲੀਆਂ ਨਹੀਂ ਸੁਣਨ ਲੱਗਿਆ ਸੀਗਾ, ਆ ਤੁਹਾਡੇ ਨਿੱਤ ਨਿੱਤ ਦੇ ਕਲੇਸ਼ ਦਾ ਹੱਲ ਕੱਢਿਆ ਹੈਗਾ, ਆ ਤੁਹਾਡਾ ਕੰਮ ਵੰਡਦਾ ਹੁਣ ਸਾਰਾ। ਬੁੜੀ ਦਾ ਕੀ ਮਤਲਬ ਆ, ਤੁਸੀਂ ਦੋਵੇਂ ਕਰਿਆ ਕਰੋਗੀਆਂ, ਸਵੇਰ ਦਾ ਕੰਮ ਤੂੰ ਕਰਿਆ ਕਰੇਂਗੀ, ਸ਼ਾਮ ਦਾ ਬੇਬੇ, ਨਾਲੇ ਇੱਕ ਦਿਨ ਸਫਾਈ ਤੂੰ ਕਰਿਆ ਕਰੇਂਗੀ, ਇੱਕ ਦਿਨ ਬੇਬੇ। ਚੱਲ ਉਹ ਤਾਂ ਕੋਈ ਗੱਲ ਨਹੀਂ, ਕੰਮ ਤਾਂ ਮੈਂ ਕਰ ਲੂੰਗੀ, ਪਰ ਮੇਰੀ ਗੱਲ ਸੁਣ ਲਾ, ਨੀ ਬੁੜੀ ਨੂੰ ਸਮਝਾ ਦੇ ਕਿ ਉਹ ਮੈਨੂੰ ਕੁਛ ਬੋਲੇ ਨਾ, ਮੇਰੇ ਪੇਕਿਆਂ ਤੱਕ ਨਾ ਪਹੁੰਚੇ। ਕੰਮ ਦਾ ਕੋਈ ਨਹੀਂ, ਕੰਮ ਦੀ ਟੈਨਸ਼ਨ ਨਹੀਂ, ਕੰਮ ਤਾਂ ਮੈਂ ਬਥੇਰਾ ਕਰ ਲੂੰਗੀ। ਉਹ ਯਾਰ ਮੈਂ ਵਿਹਲਾ ਥੋੜ੍ਹੀ ਹੈਗਾ ਯਾਰ, ਕਦੇ ਉਹ ਕਹਿ ਦੇ ਉਹਨੂੰ ਸਮਝਾ ਦੇ, ਕਦੇ ਤੂੰ ਕਹਿ ਦਿੰਦੀ ਹੈਗੀ, ਮੈਂ ਤਾਂ ਵਿਚਾਲੇ ਫਸ ਰਿਹਾ ਹੈਗਾ, ਮੈਨੂੰ ਹੋਰ ਵੀ ਕੰਮ ਬਥੇਰੇ ਨੇਗੇ। ਅਤੇ ਰਹੀ ਗੱਲ ਬੇਬੇ ਦੀ, ਬੇਬੇ ਕੋਈ ਕੰਮ ਲਈ ਨਹੀਂ ਹੈਗੀ, ਬਿਨਾਂ ਗੱਲ ਤੋਂ ਤੇਰੇ ਪੇਕਿਆਂ ਤੱਕ ਜਾਊਗੀ, ਨਾਲੇ ਬੇਬੇ ਆਪਦਾ ਕੰਮ ਕਰੂ, ਤੂੰ ਆਪਦਾ ਕੰਮ ਕਰੀ, ਤੂੰ ਬੇਬੇ ਨੂੰ ਨਾ ਬੁਲਾਈ, ਬੇਬੇ ਤੈਨੂੰ ਨਹੀਂ ਬੁਲਾਉਂਦੀ ਹੈਗੀ, ਇੱਦਾਂ ਤੁਹਾਡਾ ਸਾਰਾ ਕਲੇਸ਼ ਖਤਮ ਹੋ ਜਾਊਗਾ। ਓ ਚੱਲ ਹੁਣ ਸਾਡੀ ਨਾ ਲੜਾਈ ਨਹੀਂ ਹੋਊਗੀ। ਚੱਲ ਠੀਕ ਹੈ, ਮੈਂ ਖੇਤ ਜਾ ਕੇ ਆਉਣਾਗਾ। ਚੱਲ ਇਹ ਤਾਂ ਵਧੀਆ ਹੀ ਆ, ਮੇਰੇ ਕੰਮ 'ਚ ਲਗੋਚਾ ਕਰਦੀ ਸੀ, ਜਦੋਂ ਆਪ ਕਰੂਗੀ ਨਾ ਹੁਣ ਇਹਨੂੰ ਪਤਾ ਲੱਗੂਗਾ। ਮੈਂ ਤਾਂ ਆਪਦਾ ਕੰਮ ਕਰਕੇ ਨਾ ਅੰਦਰ ਰੂਮ 'ਚ ਵੜ ਕੇ ਟੌਰ ਨਾਲ ਬਹਿ ਜਾ ਕਰਨਾ। ਆਈ ਸੀ ਵੱਡੀ ਬੋਲਣ ਦੀ।
ਚੱਲੀ ਬੰਟੀ ਕਿਤਾ? ਚੱਲ ਐਂ ਕਰੀ ਫਿਰ ਤੂੰ, 12 ਕੁ ਵਜੇ ਚਾਹ ਭੇਜ ਦੀ। ਚਾਹ ਤਾਂ ਚੱਲ ਕੋਈ ਨਾ ਮੈਂ ਭੇਜ ਦੂੰਗੀ 12 ਕੁ ਵਜੇ। ਬੰਟੀ ਮੈਂ ਤੈਨੂੰ ਐਂ ਕਹਿੰਦੀ, ਮੈਂ ਸਿਮਰਨ ਨੂੰ ਐਂ ਕਹਿ ਦੇ ਤੜਕੇ ਦੀ ਲੱਗ ਰਹੀ ਉਹ ਕੰਮ ਧੰਦਾ ਕਰਨ, ਥੱਕ ਗਈ ਹੋਣੀ। ਆ ਝਾੜੂ ਪੋਚਾ ਮੈਂ ਆਪੇ ਕਰ ਲੂੰਗੀ। ਆਹ ਕਰੀਏ ਮੈਂ ਤਾਂ ਸੱਸਾਂ ਦੀ ਗੱਲ, ਸੱਸ ਹੋਵੇ ਤਾਂ ਤੇਰੇ ਵਰਗੀ ਹੋਵੇ। ਚੱਲ ਵੇ ਜ਼ਿਆਦੇ ਪੰਪ ਨਾ ਦੇ ਤੂੰ ਮੈਨੂੰ, ਮਤਲਬ ਫੜਾ ਮੈਨੂੰ ਝਾੜੂ ਚੱਕ ਕੇ, ਮੈਂ ਵੀ ਲੱਗਾ ਆਪਦੀ ਸਫਾਈ ਕਰਨ। ਹਾਂ ਫੜਾਉਣਾ ਵਾ, ਚੱਲ ਆਪੋ ਇੰਨੇ ਮੋਟਰਸਾਈਕਲ ਕੱਢ ਦੂੰ। ਨਾਲੇ ਜਿਹੜਾ ਤੈਨੂੰ ਕੰਮ ਕਿਹਾ ਨਾ ਉਹ ਕਰਕੇ ਜਾਈ। ਉਹ ਕਹਿਣਾ ਵਾ ਠੀਕ ਆ ਠੀਕ ਆ, ਕਿਤੇ ਭੁੱਲ ਜੇ ਇਹੋ ਜਿਹੀ ਆ ਤੂੰ। ਉਹ ਮੈਂ ਭੁੱਲ ਕੇ ਕੀ ਲੈਣਾ ਵਾ, ਬੱਸਾਂ ਤਾਂ ਤੁਹਾਡੀ ਗੱਡੀ ਲੈਣ 'ਤੇ ਚੜੀ ਹੈ, ਭਾਣਾ ਦੀ ਭੁੱਲ ਕੇ ਮੈਂ ਗੱਡੀ ਲੈਣ ਤੋਂ ਲਾਉਣੀ ਆ ਹੁਣ। ਤੁਸੀਂ ਇੱਥੇ ਕੁਝ ਪਾਲਦੇ ਹੋ, ਕੋਈ ਕੰਮ ਸੀ? ਉਹ ਮੈਂ ਤਾਂ ਤੈਨੂੰ ਐਂ ਕਹਿੰਦਾ ਸੀਗਾ, ਮੰਮੀ ਕਹਿੰਦੀ ਮੈਂ ਸਫਾਈਆਂ ਸਫਾਈ ਆਪੇ ਹੀ ਕਰ ਲੂੰਗੀ, ਸਿਮਰ ਥੱਕੀ ਹੋਊਗੀ, ਵੀ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਹੈਗਾ? ਨਾ ਨਾ ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਹੈਗਾ, ਜਿਵੇਂ ਮੰਮੀ ਨੂੰ ਸਹੀ ਲੱਗਦਾ ਉਹ ਕਰ ਲਵੇ, ਜੇ ਮੰਮੀ ਨੂੰ ਲੱਗਦਾ ਕਿ ਉਹ ਅੱਜ ਸਫਾਈਆਂ ਕਰ ਦੂੰਗੀ ਕੋਈ ਨਾ ਕਰ ਦੂੰ, ਮੈਂ ਕਰ ਦੂੰਗੀ, ਮੈਨੂੰ ਤਾਂ ਕੋਈ ਇਤਰਾਜ਼ ਨਹੀਂ। ਬਸ ਠੀਕ ਹੈ, ਚੱਲ ਮੈਂ ਮੰਮੀ ਨੂੰ ਜਾ ਕੇ ਦੱਸਦਾ ਫਿਰ। ਠੀਕ ਮਾਂ। ਹਾਂ ਮੈਂ ਕਹਿਦਾ ਸਿਮਰ ਨੂੰ, ਉਹ ਕਹਿੰਦੀ ਕਰ ਲੈਣ ਦੇ ਮੰਮੀ ਨੂੰ ਕੰਮ, ਕੱਲ ਨੂੰ ਕਹਿੰਦੀ ਮਾਫੀ ਕਰ ਲੂੰਗੀ। ਚੱਲ ਠੀਕ ਹੈ, ਚੰਗਾ ਠੀਕ ਹੈ ਮਾਂ। ਆ ਜਾ ਬੰਟੀ। ਚੱਲ ਬਾਪੂ ਆ ਜਾ। ਉਹ ਬਾਪੂ ਚੁੰਡੀ ਤਾਂ ਮਾਰ ਮਾੜੀ ਜੀ। ਉਹ ਕੀ ਕਰਨਾ ਚੁੰਡੀ ਤਾਂ, ਉਹ ਮਾਰਤਾ ਸਹੀ। ਲੈ ਉਹ ਮਾਰਤਾ, ਉਹ ਬਾਪੂ ਤਾਂ ਇਹਦਾ ਬੁਰਕਾ ਹੀ ਭਰ ਲਿਆ। ਤੂੰ ਤਾਂ ਕਿਹਾ ਗਾ ਵੀ ਚੁੰਡੀ ਮਾਰ, ਉਹ ਚੁੰਡੀ ਕਿਹਾ ਸੀਗਾ ਇਹਦਾ ਬੁਰਕਾ ਹੀ ਭਰ ਲਿਆ ਬਾਪੂ। ਪਰ ਤੂੰ ਐਂ ਦੱਸ ਮੈਨੂੰ ਚੁੰਡੀ ਮੈਂ ਪੜਾਈ ਕਿਵਾਂ? ਉਹ ਬਾਪੂ ਮੈਂ ਤਾਂ ਐਂ ਸੋਚੀ ਜਾਂਦਾ ਸੀਗਾ ਵੀ ਕਿਤੇ ਮੈਂ ਕੋਈ ਸੁਪਨਾ ਸਾਪਨਾ ਤਾਂ ਨਹੀਂ ਦੇਖ ਰਿਹਾ। ਕਿਉਂ? ਅੱਜ ਕੋਈ ਸੁਨੇਹੇ ਨਹੀਂ ਲੈ ਕੇ ਆਇਆ ਹੈਗਾ, ਨਹੀਂ ਹੁਣ ਤੱਕ ਤਾਂ ਕੋਈ ਸੁਨੇਹਾ ਲੈ ਕੇ ਪਹੁੰਚ ਜਾਂਦਾ ਵੀ ਉਹ ਘਰੇ ਲੜੀ ਜਾਂਦੀਆਂ ਨੇਗੀਆਂ, 12 ਵੱਜ ਗਏ ਤੱਕ ਤਾਂ ਕੋਈ ਆਈ ਨਹੀਂ ਹੈਗਾ। ਗੱਲ ਤਾਂ ਤੇਰੀ ਠੀਕ ਆ, ਓਏ ਹੁਣ ਕਿਵੇਂ ਲੜਨ ਗਿਆ, ਹੁਣ ਤਾਂ ਆਪਣੇ ਉਹਦਾ ਕੰਮ ਵੰਡਤਾ ਉਹਨਾਂ ਦਾ, ਹੁਣ ਨਹੀਂ ਲੜਦੇ ਹੈਗੇ ਆ। ਓਏ ਹਾਂ ਬਾਪੂ, ਆਪਣੇ ਆਪਾਂ ਨੂੰ ਇੰਨਾ ਟਾਈਮ ਔਖਾ ਹੋਈ ਗਿਆ ਯਾਰ ਨਾ ਬਾਪੂ, ਆਪਾਂ ਨੇ ਉਦੋਂ ਦੀ ਕਿਉਂ ਨਹੀਂ ਲਾਈ ਹੈਗੀ ਇਹ ਸਕੀਮ? ਆ ਉਹ ਸਕੀਮ ਤਾਂ ਲਾਉਂਦੇ ਜੇ ਉਹਨਾਂ ਦਾ ਧਿਆਨ ਇੱਧਰੋਂ ਹਟਦਾ, ਉਹ ਤਾਂ ਹਰ ਵਕਤ ਲੜਾਈ ਦੇ ਧਿਆਨ ਰੱਖਦੀਆਂ ਤੀਆਂ, ਉਹ ਤਾਂ ਪਤਾ ਨਹੀਂ ਕਿਵੇਂ ਉੜ ਗਈ ਆਪਾਂ ਨੂੰ ਵੀ ਹੈਂ। ਇਹ ਤਾਂ ਬਸ ਬੱਕੀ ਰਹਿੰਦਾ ਕੁੜੀਆਂ। ਆ ਫੋਨ ਕੀਤਾ ਬਾਪੂ ਦੇਖ। ਹੈਲੋ, ਕਿਤੇ ਕਿਸੇ ਗਮੰਡੀ ਦੀ ਤਾਂ ਨਹੀਂ ਆ ਗਿਆ? ਠੀਕ ਹੋ ਹੈਂ, ਕੀ ਹੋ ਗਿਆ ਉਹਨੂੰ, ਬੜਾ ਢਿੱਲਾ ਗਾ? ਅੱਛਾ ਜੀ, ਕੋਈ ਨਾ ਤੂੰ ਟੈਨਸ਼ਨ ਨਾ ਲੈ, ਮੈਂ ਆਉਣਾ ਗਾ ਫਿਰ, ਮੈਂ ਇੱਧਰੋਂ ਖੇਤੋਂ ਹੀ ਆਇਆ ਨਾ ਸਿੱਧਾ। ਠੀਕ ਹੈ ਠੀਕ ਹੈ, ਬਸ ਮੈਂ ਅੱਧੇ ਪੌਣੇ ਘੰਟੇ 'ਚ ਤੁਹਾਡੇ ਕੋਲ ਪਹੁੰਚ ਜੂਗਾ। ਠੀਕ ਆ, ਕੀ ਹੋ ਗਿਆ ਭੂ? ਉਹ ਤੇਰੀ ਭੂਆ ਦਾ ਫੋਨ ਸੀਗਾ। ਹਾਂ, ਤੇਰਾ ਫੁੱਫੜ ਵਾਲਾ ਢਿੱਲਾ ਗਾ। ਅੱਛਾ, ਉਹਨੂੰ ਲੈ ਕੇ ਜਾਣਾ ਗਾ, ਕਹਿੰਦੇ ਛੇਤੀ ਆ ਜਾ। ਅੱਛਾ ਹਾਂ, ਤੂੰ ਐਂ ਕਰ, ਤੂੰ ਮਾੜਾ ਜਿਹਾ ਕੰਮ ਨਿਬੇੜ ਕੇ ਵਗ ਜੀ ਘਰੇ। ਠੀਕ ਆ ਫਿਰ ਬਾਪੂ, ਹੁਣ ਸਿੱਧਾ ਹੀ ਜਾਏਗਾ ਤੂੰ? ਉਹ ਸਿੱਧਾ ਹੀ ਜਾਊਂ, ਹੋਰ ਘਰੇ ਵਗ ਗਿਆ ਜੇ ਘੰਟਾ ਘਰੇ ਫੁੱਟ ਜੂਗਾ ਮੈਨੂੰ। ਚੱਲ ਐਂ ਕਰੀ, ਆ ਪਰ ਨਾਲੇ ਬੜਿਆ ਜਾ ਪਿਆ ਤੂੰ ਬਾਦਲ ਜੀ। ਚੱਲ ਉੱਥੇ ਕੋਠੇ 'ਚ ਪਿਆ ਉੱਥੇ ਬਾਦਲ। ਹਾਂ ਬਾਦਲ ਜੀ, ਚੱਲ ਮੈਂ ਨਿਬੇੜਨਾ, ਇੰਨੇ ਨਿਬੇੜ ਲਾ ਕੰਮ। ਮੈਨੂੰ ਤਾਂ ਏਸੀ ਮੰਗਦੇ ਹੈਗੇ, ਮਾਂਡੀ ਦੇ ਫੋਨ ਆ ਗਿਆ ਕਿਸੇ ਦਾ। ਟਿਕਾਣੇ ਬੁੜੀ ਦੀ, ਮੇਰੇ ਕੰਮ ਨੂੰ ਤਾਂ ਕੋਈ ਸਮਝਦੀ ਨਹੀਂ ਸੀਗੀ, ਹੁਣ ਪਤਾ ਲੱਗੂ। ਲੱਗੀ ਹੈ ਨਾ 12 ਵਜੇ ਤੱਕ ਕੱਪੜੇ ਧੋਣ। ਕੱਪੜਿਆਂ ਦਾ ਵੀ ਨਿਬੜ ਗਿਆ।
ਭਾਂਡਿਆਂ ਦਾ ਵੀ ਨਿਬੜ ਗਿਆ ਰਸੋਈ 'ਚ ਸਾਰਾ ਕੰਮ। ਹੁਣ ਇਕੱਲਾ ਪੋਚਾ ਪੋਚਾ ਰਹਿ ਗਿਆ, ਉਹਦਾ ਵੀ ਨਿਮੇੜੇ ਦਿੰਦੀ ਹਾਂ, ਫਿਰ ਹੀ ਬਿੰਦ ਆਰਾਮ ਕਰੂੰਗੀ, ਕੰਮ ਨਿਬੜੇ ਜਾਊਗਾ ਸਾਰਾ। ਅੱਜ ਚਾਈ ਨਹੀਂ ਪਹੁੰਚੀ ਹੈਗੀ, ਇੱਕ ਵੱਜ ਗਿਆ। ਆਹ ਟਾਈਮ ਤਾਂ ਬੇਬੇ ਭੇਜ ਦਿੰਦੀ ਸੀ, ਕਹਿੰਦਾ ਕੋਈ ਮਿਲਿਆ ਨਹੀਂ ਹੋਣਾ ਮੈਨੂੰ ਲੱਗਦਾ ਨਾ। ਚਲ ਐਂ ਕਰਦਾ ਪੀ ਪੀ ਕੇ ਆਉਣਾ ਕਰੇ ਜਾ ਕੇ, ਨਾਲੇ ਮੰਮੀ ਨੂੰ ਦੱਸਣਾ ਵੀ ਹੈ ਤੂੰ ਭੂਆ ਕੋਲ ਗਿਆ ਹੋਇਆ। ਨਾ ਤੈਨੂੰ ਦਿਖਦਾ ਨਹੀਂ ਵੀ ਮੈਂ ਪੋਚੇ ਲਾ ਰਹੀ ਹਾਂ, ਵਿੱਚ ਟੱਪਦੀ ਫਿਰਦੀ ਹੈ। ਲੈ ਫਿਰ ਕੀ ਹੋ ਗਿਆ, ਪੋਚੇ ਲਗਾ ਰਹੀ ਹਾਂ, ਦੁਬਾਰਾ ਲਗਾ ਲੈ ਤਾਂ ਮਰਨ ਲੱਗੀ ਹਾਂ। ਦੇਖ ਤਾਂ ਲੈ ਕਿਵੇਂ ਭੌਂਕਦੀ ਆ ਕੁੱਤਿਆਂ ਵਾਂਗੂ। ਛੱਡ ਵਰੇ ਭੱਜਣ ਦੀ ਫਾਇਦਾ, ਜਿੱਦਾਂ ਬਾਪੂ ਨਹੀਂ ਹੈਗਾ ਛਡਾਉਣ ਨੂੰ, ਇਹਨਾਂ ਦਾ ਕਿਤੇ ਵਿੱਚ ਹੀ ਮੈਨੂੰ ਮਾਂ ਇਹਨਾਂ ਨਾ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਦੋਸਤੋ, ਤੁਹਾਨੂੰ ਸਾਡੀ ਵੀਡੀਓ ਕਿੱਦਾਂ ਦੀ ਲੱਗੀ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਸਾਡੀ ਨਵੀਂ ਆਉਣ ਵਾਲੀ ਹਰ ਵੀਡੀਓ ਨੂੰ ਇੱਦਾਂ ਹੀ ਪਿਆਰ ਦਿੰਦੇ ਰਹੋ। ਜਿਨ੍ਹਾਂ ਨੇ ਪੁਰਾਣੀਆਂ ਵੀਡੀਓ ਨਹੀਂ ਦੇਖੀਆਂ ਲਿੰਕ 'ਤੇ ਜਾ ਕੇ ਪੁਰਾਣੀ ਵੀਡੀਓ ਜ਼ਰੂਰ ਦੇਖ ਲਓ। ਬਾਕੀ ਇਸ ਵੀਡੀਓ ਦਾ ਨੈਕਸਟ ਪਾਰਟ ਵੀ ਆ ਰਿਹਾ ਅੱਗੇ। ਅਤੇ ਹੁਣ ਬੋਲਾਂਗੇ ਜਵਾਬ ਪਹਿਲੇ 15 ਕਮੈਂਟ ਜਿਨ੍ਹਾਂ ਨੇ ਪਿਛਲੀ ਵੀਡੀਓ 'ਚ ਕੀਤੇ ਸੀ। ਬੋਲੋ ਜੀ। ਸਤਵੀਰ ਕੌਰ, ਡਿਫਰੈਂਟ ਜੱਟੀ, ਰੀਤ ਛਾਬੜਾ, ਜਸ ਪੰਜਾਬੀ, ਤਰਸੇਮ ਸਿੰਘ, ਸੰਦੀਪ ਰਾਜਪੂਤ, ਹਰਮਨਦੀਪ ਸਿੰਘ, ਗੁਰਵੀਰ ਗਿੱਲ, ਬਲਜਿੰਦਰ ਸਿੰਘ, ਕੁਲਵਿੰਦਰ ਕੌਰ, ਇੰਟਰਟੇਨਮੈਂਟ ਆਰਟਿਸਟ ਹਰਿੰਦਰ ਸਿੰਘ, ਰਾਣੀ ਅਰੋੜਾ, ਸੋਨੀਆ ਸੋਨੀਆ ਅਤੇ ਮਨਮੋਹਨ ਸਿੰਘ ਸਿੱਧੂ। ਯਾਨੀ ਜੀ ਪਹਿਲੇ 15 ਕਮੈਂਟ, ਤੁਸੀਂ ਵੀ ਇਸ ਵੀਡੀਓ 'ਚ ਸਭ ਤੋਂ ਪਹਿਲਾਂ 15 ਕਮੈਂਟ ਕਰੋ ਤਾਂ ਜੋ ਆਪਾਂ ਅਗਲੀ ਵੀਡੀਓ 'ਚ ਤੁਹਾਡਾ ਨਾਮ ਬੋਲੀਏ। ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਸੋਹਣੇ ਕਮੈਂਟ ਕਰਦੇ ਹਾਂ, ਬਹੁਤ ਸੋਹਣੀ ਸਪੋਰਟ ਆ ਨਾ, ਅਤੇ ਇੱਦਾਂ ਹੀ ਆਪਣੀ ਸਪੋਰਟ ਆ ਜਿਹੜੀ ਬਣਾ ਕੇ ਰੱਖਿਓ ਅਤੇ ਥੋੜ੍ਹਾ ਬਹੁਤ ਤੁਸੀਂ ਵੀ ਵੀਡੀਓ ਨੂੰ ਦੇਖਿਆ ਕਰੋ ਅਤੇ ਵੱਧ ਤੋਂ ਵੱਧ ਲਾਈਕ, ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਆ ਕਰੋ, ਹੈ ਨਾ। ਦੱਸਿਆ ਕਰੋ ਵੀ ਤੁਹਾਨੂੰ ਵੀਡੀਓ 'ਚ ਜਿਹੜੀ ਵੀ ਕੋਈ ਘਾਟ ਵੱਧ ਹੁੰਦੀ ਉਹ ਕਮੈਂਟਾਂ 'ਚ ਜ਼ਰੂਰ ਦੱਸਿਆ ਕਰੋ, ਘੈਂਟ ਘੈਂਟ ਕਮੈਂਟ ਕਰਿਆ ਕਰੋ ਤਾਂ ਕਿ ਅੱਗੇ ਤੋਂ ਵੀ ਵੱਧ ਤੋਂ ਵੱਧ, ਹੈ ਨਾ, ਵਧੀਆ ਵਧੀਆ ਵੀਡੀਓਜ਼ ਤੁਹਾਡੇ ਰੂਬਰੂ ਲੈ ਕੇ ਆਈਏ। ਥੈਂਕ ਯੂ। ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹਨਾਂ ਨੇ ਨਹੀਂ ਕੀਤਾ, ਅਤੇ ਜ਼ਰੂਰ ਕਰਿਓ। ਅਤੇ ਹੋਰ ਜੀ ਵੀਡੀਓ ਨੂੰ ਵੱਧ ਸ਼ੇਅਰ ਕਰ ਦਿਓ। ਹਾਂਜੀ, ਮਿਲਦੇ ਹਾਂ ਜੀ ਅਗਲੀ ਵੀਡੀਓ ਨੂੰ। ਥੈਂਕ ਯੂ, ਧੰਨਵਾਦ। ਬਾਬੂ ਮੈਂ ਨਹੀਂ ਸਮਝ ਸਕਦਾ ਇਹਨਾਂ ਨੂੰ, ਜੇ ਤਾਂ ਮਾਂ ਕੋਲੇ ਬਹਿ ਜਾ ਇਹ ਸਹੀ ਲੱਗਦੀ ਹੈ, ਜੇ ਸਿਮਰ ਲੈ ਬਹਿ ਜਾ ਉਹ ਸਹੀ ਲੱਗਦਾ, ਮੈਨੂੰ ਤਾਂ ਲੱਗਦਾ। ਦੇਖ ਬੇਬੇ, ਗੱਲ ਆਪਣੇ ਦੋਨਾਂ ਵਿੱਚ ਹੋ ਰਹੀ ਆ, ਮੇਰੇ ਪੇਕਿਆਂ ਨੂੰ ਕਦੋਂ ਵਿੱਚ ਲਿਆ ਕੇ ਆਉਂਦੀ ਆ ਪਤਾ ਨਹੀਂ ਕੀ। ਤੇ ਰਹੀ ਗੱਲ ਬੇਬੇ ਦੀ, ਨਾਲੇ ਬੇਬੇ ਤੇਰੇ ਪੇਕਿਆਂ ਤੱਕ ਨਹੀਂ ਜਾਊਗੀ,